ਐਨ ਜੈਡ ਪੰਜਾਬੀ ਨਿਊਜ਼ ਤੋਂ ਅਖਿਲ ਪੰਜਾਬ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਤਾਰ ਸਿੰਘ ਟੈਨਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ। ਦੋਸਤੋ, ਕੋਵਿਡ-19 ਕਾਰਨ ਇੰਟਰਨੈਸ਼ਨਲ ਸਟੂਡੈਂਟਸ ਦਾ ਮੁੱਦਾ ਇਸ ਵਾਰ ਫਿਰ ਚਰਚਾ ਦੇ ਵਿੱਚ ਆ ਗਿਆ, ਕਿਉਂਕਿ ਬਹੁਤ ਸਾਰੇ ਜਿਹੜੇ ਵਿਦਿਆਰਥੀ ਨੇ ਇਸ ਵੇਲੇ ਖਾਸ ਕਰਕੇ ਪੰਜਾਬ ਅਤੇ ਹੋਰ ਦੇਸ਼ਾਂ ਦੇ ਵਿੱਚ ਫਸੇ ਬੈਠੇ ਨੇ, ਜਿਨ੍ਹਾਂ ਦੇ ਭਵਿੱਖ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ। ਸੋ ਪਿਛਲੇ ਦਿਨੀ ਆਪਣੇ ਨਿਊਜ਼ੀਲੈਂਡ ਦੇ ਵਿੱਚ ਕੁਝ ਪ੍ਰਾਈਵੇਟ ਸੰਸਥਾਵਾਂ ਨੇ ਇਹ ਮੁੱਦਾ ਵੀ ਉਭਾਰਿਆ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਜਿਹੜੀਆਂ ਨਿਊਜ਼ੀਲੈਂਡ ਦੀਆਂ ਸਿਆਸੀ ਪਾਰਟੀਆਂ ਨੇ ਚੋਣ ਮੈਨੀਫੈਸਟੋ ਦੇ ਵਿੱਚ ਇਸ ਮੁੱਦੇ ਦੇ ਵਿੱਚ ਇਸ ਮੁੱਦੇ ਨੂੰ ਕੰਸੀਡਰ ਕਰਨ, ਅਤੇ ਜਿਹੜੇ ਵਿਦੇਸ਼ਾਂ ਦੇ ਵਿੱਚ ਫਸੇ ਹੋਏ ਆ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਔਨਲਾਈਨ ਸਟੱਡੀ ਕੰਪਲੀਟ ਕਰ ਰਹੇ ਨੇ ਉੱਥੇ, ਅਤੇ ਉਹਨਾਂ ਦਾ ਭਵਿੱਖ ਕੀ ਹੋਏਗਾ, ਉਹਨਾਂ ਨੂੰ ਪੋਸਟ ਸਟੱਡੀ ਵੀਜ਼ਾ ਜਾਰੀ ਹੋਵੇਗਾ ਜਾਂ ਨਹੀਂ, ਸੋ ਇਸ ਗੱਲ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ। ਸੋ ਇਸ ਸਾਰੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਸਟੂਡੀਓ ਦੇ ਵਿੱਚ ਐਜੂਕੇਸ਼ਨ ਫੀਲਡ ਦੇ ਵਿੱਚ ਕਾਫੀ ਮਹਾਰਤ ਰੱਖਣ ਵਾਲੇ ਪ੍ਰਿੰਸੀਪਲ ਇੰਪੀਰੀਅਲ ਕਾਲਜ ਔਕਲੈਂਡ ਤੋਂ ਕਮਲਪ੍ਰੀਤ ਕੌਰ ਪੰਨੂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ, ਅਤੇ ਇਸ ਵਿਸ਼ੇ ਦੇ ਉੱਤੇ ਵਿਸਥਾਰ ਦੇ ਨਾਲ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮੈਡਮ, ਤੁਹਾਡਾ ਸਵਾਗਤ ਹੈ ਸਟੂਡੀਓ ਦੇ ਵਿੱਚ। ਥੈਂਕ ਯੂ ਜੀ, ਧੰਨਵਾਦ। ਮੈਡਮ, ਅੱਜ ਦੇ ਦੌਰ ਦੇ ਵਿੱਚ ਜੇ ਆਪਾਂ ਵੇਖੀਏ ਕੋਵਿਡ-19 ਕਾਰਨ ਜਿਹੜੇ ਨਵੇਂ ਇੱਕ ਤਰ੍ਹਾਂ ਦੇ ਅਣਕਿਆਸੇ ਜਿਹੜੇ ਹਾਲਾਤ ਪੈਦਾ ਹੋ ਗਏ ਆ, ਉਸ ਦੌਰ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਆ, ਇਹਨਾਂ ਦੀ ਜਿਹੜੀ ਸਥਿਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਅਸੀਂ ਗੱਲ ਕਰ ਰਹੇ, ਜਿਹੜੇ ਆਫਸ਼ੋਰ ਯਾਨੀ ਕਿ ਇੱਥੋਂ ਦਾ, ਚਲੋ ਹੋ ਗਿਆ, ਜਿਹੜੇ ਖਾਸ ਤੌਰ 'ਤੇ ਜਿਹੜੇ ਇਸ ਵੇਲੇ ਉਹਨਾਂ ਦੇ ਜ਼ਿਆਦਾ ਹਾਲਾਤ ਹੈਗੇ। ਹਾਂਜੀ, ਸੋ ਜਿਹੜੇ ਸਟੱਕ ਹੋ ਗਏ, ਉਹਨਾਂ ਦੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਇਸ ਵਕਤ ਬਣੀ ਹੋਈ ਹੈ, ਹਾਂਜੀ, ਉਹ ਹੈਗੀ ਹੈ ਕਲੈਰਿਟੀ। ਹਾਂਜੀ, ਕਿ ਉਹਨਾਂ ਨੂੰ ਕੋਈ ਕਲੈਰਿਟੀ ਨਹੀਂ ਹੈ ਕਿ ਉਹਨਾਂ ਦਾ ਫਿਊਚਰ ਕੀ ਹੈ। ਹਾਂਜੀ, ਕਿ ਜੇਕਰ ਅਸੀਂ ਜੇਕਰ ਮੈਂ ਦੇਖਾਂ ਕਿ ਹੁਣ ਤੱਕ ਸਰਕਾਰਾਂ ਵੱਲੋਂ ਜਿੰਨੀਆਂ ਵੀ ਅਨਾਊਂਸਮੈਂਟਸ ਆਈਆਂ, ਹਾਂਜੀ, ਉਹਦੇ ਵਿੱਚ ਕੋਈ ਵੀ ਸਿੱਧੇ ਕਲੀਅਰ ਸਾਫ਼ ਲਫ਼ਜ਼ਾਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੁਛ ਨਹੀਂ ਦੱਸਿਆ ਗਿਆ ਕਿ ਉਹਨਾਂ ਦਾ ਫਿਊਚਰ ਕੀ ਹੈ, ਉਹਨਾਂ ਬਾਰੇ ਸਰਕਾਰ ਕੀ ਕਰੂਗੀ। ਹੁਣ ਜੇ ਆਪਾਂ ਇੰਟਰਨੈਸ਼ਨਲ ਸਟੂਡੈਂਟਸ ਬਾਰੇ ਦੇਖੀਏ ਕਿ ਉਹਨਾਂ 'ਚ ਇਹ ਵੀ ਸਟੂਡੈਂਟਸ ਨੇ ਜਿਨ੍ਹਾਂ ਨੇ ਹੋ ਸਕਦਾ ਹੈ ਕਿ ਅੱਧਾ ਕੋਰਸ ਖਤਮ ਕੀਤਾ ਅਤੇ ਉਹ ਵਾਪਸ ਇੰਡੀਆ ਗਏ ਹੋਏ ਆ, ਜਾਂ ਜਿਨ੍ਹਾਂ ਨੇ ਮੋਸਟਲੀ ਅਸਾਈਨਮੈਂਟਸ ਕਰ ਲਈਆਂ ਪਰ ਉਹਨਾਂ ਦਾ ਕੋਈ ਪ੍ਰੈਕਟੀਕਲ ਕੰਪੋਨੈਂਟ ਰਹਿੰਦਾ ਆ, ਉਹਨਾਂ ਦੀ ਸਿਚੁਏਸ਼ਨ ਵੱਖਰੀ ਹੈ, ਕਿਉਂਕਿ ਉਹਨਾਂ ਨੂੰ ਵਾਪਸ ਆ ਕੇ ਨਿਊਜ਼ੀਲੈਂਡ ਫਿਰ ਹੀ ਉਹ ਪ੍ਰੈਕਟੀਕਲ ਕੰਪੋਨੈਂਟ ਕਰਨਾ ਪਏਗਾ। ਕੁਝ ਸਟੂਡੈਂਟਸ ਜਿੱਦਾਂ ਪਿਛਲੇ ਦਿਨ ਹੀ ਸੁਣਨ 'ਚ ਆਇਆ ਕਿ ਉਹਨਾਂ ਨੇ ਉਹਨਾਂ ਦੀਆਂ ਮੋਸਟਲੀ ਅਸਾਈਨਮੈਂਟਸ ਹੋ ਗਈਆਂ, ਸਿਰਫ ਇੱਕ ਦੋ ਉਹਨਾਂ ਨੇ ਅਸਾਈਨਮੈਂਟਸ ਦੇਣੀਆਂ ਆ, ਠੀਕ ਹੈ ਜੀ, ਜਾਂ ਕੁਝ ਸਰਕਾਰ ਇਹ ਵੀ ਕਰ ਰਹੀ ਹੈ ਕਿ ਜਿਹੜਾ ਕੋਰਸ ਰਹਿੰਦਾ ਆ ਉਹਨੂੰ ਆਨਲਾਈਨ ਕੰਪਲੀਟ ਕੀਤਾ ਜਾਵੇ। ਹਾਂਜੀ, ਸੋ ਉਹਨਾਂ ਦਾ ਸਵਾਲ ਫਿਰ ਉੱਥੇ ਹੀ ਬਣਿਆ, ਹਾਂਜੀ, ਇਹ ਵੱਡਾ ਕੁਐਸਚਨ ਹੈ, ਕਿਸੇ ਵੀ ਤਰੀਕੇ ਦੇ ਨਾਲ ਜੇ ਕੋਰਸ ਖਤਮ ਕਰ ਲੈਂਦੇ ਆ, ਹਾਂਜੀ, ਨਾ ਆਨਲਾਈਨ ਵੀ ਕਰ ਲੈਂਦੇ ਆ, ਅਤੇ ਵਾਪਸ ਫਿਰ ਉਹਨਾਂ ਦਾ ਫਿਊਚਰ ਕੀ ਹੈ, ਕਿਉਂਕਿ ਜਦੋਂ ਉਹਨਾਂ ਨੇ ਸਟੂਡੈਂਟ ਵੀਜ਼ਾ ਲਿਆ ਸੀਗਾ, ਹਾਂਜੀ, ਉਦੋਂ ਜਿਹੜਾ ਅਸੀਂ ਐਗਰੀਮੈਂਟ ਸਾਈਨ ਕਰਦੇ ਹਾਂ ਜੋ ਹੈਗੀ ਹੈ ਪਾਲਿਸੀ ਕਿ ਉਸ ਤੋਂ ਬਾਅਦ ਉਹਨਾਂ ਨੂੰ ਪੋਸਟ ਸਟੱਡੀ ਵਰਕ ਵੀਜ਼ਾ ਮਿਲਦਾ ਆ, ਇੱਕ ਰਿਪੋਰਟ ਦੇ ਅਕੋਰਡਿੰਗਲੀ 1700 ਸਟੂਡੈਂਟਸ ਦਾ ਵੀਜ਼ਾ ਐਕਸਪਾਇਰ ਹੋ ਗਿਆ 30 ਅਗਸਤ ਤੱਕ, ਕਿਉਂਕਿ ਨੀਅਰਲੀ 6 ਮਹੀਨੇ ਹੋ ਗਏ ਸਟੂਡੈਂਟਸ ਵੇਟ ਕਰ ਰਹੇ ਆ, ਅਤੇ ਉਹ ਹਾਲੇ ਵੀ ਵੇਟ ਹੀ ਕਰ ਰਹੇ ਆ, ਉਹਨਾਂ ਨੂੰ ਫਿਰ ਕੋਈ ਕਲੀਅਰ ਆਂਸਰ ਨਹੀਂ ਮਿਲਿਆ। ਪਿਛਲੇ ਦਿਨ ਵੀ ਅਸੀਂ ਇੰਟਰਵਿਊ ਸੁਣੀ ਆ, ਇਮੀਗ੍ਰੇਸ਼ਨ ਦੀ ਕੋਈ ਉਹਨਾਂ ਵੱਲੋਂ ਅਪਡੇਟ ਨਹੀਂ ਆਇਆ, ਸੋ ਉਹਨਾਂ ਦਾ ਜਿਹੜਾ ਸਵਾਲ ਆ ਉੱਥੇ ਦਾ ਉੱਥੇ ਹੀ ਖੜਾ ਆ ਕਿ ਜੇ ਉਹ ਕੰਪਲੀਟ ਕਰ ਵੀ ਲੈਂਦੇ ਆ ਅਤੇ ਫਿਰ ਕੀ ਉਹਨਾਂ ਨੂੰ ਪੋਸਟ ਸਟੱਡੀ ਵਰਕ ਵੀਜ਼ਾ ਮਿਲੂਗਾ, ਕਿਉਂਕਿ ਉਹਨਾਂ ਦੇ ਜਿਹੜੇ ਵਰਕ ਰਾਈਟ ਹੈ ਜਿਹਦੇ ਅੰਡਰ ਉਹਨਾਂ ਨੇ ਸਟੂਡੈਂਟ ਵੀਜ਼ਾ ਲਿਆ ਸੀਗਾ। ਹਾਂਜੀ, ਸੋ ਸਭ ਤੋਂ ਵੱਡੀ ਸਮੱਸਿਆ ਜਿਹੜੇ ਤੁਹਾਡੇ ਕੁਐਸਚਨ ਦਾ ਆਨਸਰ ਹੈ ਕਿ ਉਹ ਹੈਗੀ ਹੈ ਕਿ ਕਲੈਰਿਟੀ ਨਹੀਂ ਗੀ। ਇਹ ਕੁਝ ਸੰਸਥਾਵਾਂ ਨੇ, ਤੁਸੀਂ ਵੀ ਪ੍ਰਾਈਵੇਟ ਇੰਸਟੀਚਿਊਟ ਚਲਾ ਰਹੇ ਹੋ ਔਕਲੈਂਡ ਦੇ ਵਿੱਚ, ਕੁਝ ਹੋਰ ਸੰਸਥਾਵਾਂ ਵੀ ਅੱਗੇ ਆਈਆਂ ਜਿਨ੍ਹਾਂ ਨੇ ਇਹ ਗੱਲ ਜ਼ੋਰ ਸ਼ੋਰ ਨਾਲ ਚੱਕੀ ਹੈ ਕਿ ਇਸ ਜਿਹੜੀਆਂ ਪੋਲੀਟੀਕਲ ਜਿਹੜੀਆਂ ਪਾਰਟੀਆਂ ਇਹਨੂੰ ਮੈਨੀਫੈਸਟੋ ਦੇ ਵਿੱਚ ਸ਼ਾਮਿਲ ਕਰਨ, ਕੀ ਲੱਗਦਾ ਤੁਹਾਨੂੰ ਵੀ ਸਰਕਾਰ ਜਿਹੜੀਆਂ ਲਗਭਗ ਐਜੂਕੇਸ਼ਨ ਪਾਲਿਸੀਆਂ ਤਾਂ ਲਗਭਗ ਦੋਵਾਂ ਦੀਆਂ ਆ ਹੀ ਚੁੱਕੀਆਂ, ਕੀ ਲੱਗਦਾ ਵੀ ਗੌਰਮੈਂਟ ਇਸ ਲੈਵਲ 'ਤੇ ਕੋਈ ਇਨੀਸ਼ੀਏਟਿਵ ਲਊਗੀ ਜਾਂ ਜਿਹੜੀਆਂ ਦੂਜੀਆਂ ਪਾਰਟੀਆਂ, ਹਾਲਾਂਕਿ ਇਸ ਵਾਰ ਤਾਂ ਜ਼ਿਆਦਾ ਟੇਕ ਲੇਬਰ ਦੀ ਹੈ, ਵੀ ਲੇਬਰ ਪਾਰਟੀ ਕੀ ਇਸ ਦਾ ਹੁਣ ਤੱਕ ਜਿਹੜਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਲੇਬਰ ਦਾ ਕੀ ਹੁਣ ਤੱਕ ਦਾ ਰਵੱਈਆ ਰੁਖ ਰਿਹਾ? ਜੇਕਰ ਆਪਾਂ ਇਹ ਦੇਖੀਏ ਕਿ ਇੰਟਰਨੈਸ਼ਨਲ ਲੇਬਰ ਵੱਲੋਂ ਹਾਲੇ ਤੱਕ ਕੋਈ ਐਡੀ ਅਨਾਊਂਸਮੈਂਟ ਨਹੀਂ ਆਈ ਕਿ ਉਹਨਾਂ ਨੇ ਇੰਟਰਨੈਸ਼ਨਲ ਸਟੂਡੈਂਟਸ ਦੀ ਕੁਝ ਵੀ ਪ੍ਰੋਟੈਕਸ਼ਨ ਵਾਸਤੇ, ਪਲੱਸ ਪਿਛਲੇ ਦਿਨੀ ਜਿੱਦਾਂ ਇਮੀਗ੍ਰੇਸ਼ਨ ਮਿਨਿਸਟਰ ਤੋਂ ਵੀ ਅਸੀਂ ਸੁਣਿਆ ਸੀਗਾ ਕਿ ਉਹ ਬਾਕੀ ਵੀਜ਼ਿਆਂ ਵਾਲੇ ਸੋਚ ਰਹੇ ਆ, ਬਟ ਜਿਹੜੇ ਆਲਰੇਡੀ ਸਟੱਕ ਹੋਏ ਪਏ ਆ ਜਿਨ੍ਹਾਂ ਕੋਲ ਸਟੂਡੈਂਟ ਵੀਜ਼ਾ ਹੈਗਾ ਆ ਉਹਨਾਂ ਬਾਰੇ ਹਾਲੇ ਕੋਈ ਕਲੈਰਿਟੀ ਨਹੀਂ ਹੈ। ਬਟ ਜਿੱਦਾਂ ਦੇਖੀਏ ਅਸੀਂ ਕਿ ਬਾਕੀ ਔਰਗਨਾਈਜੇਸ਼ਨ ਨੇ ਜਿੱਦਾਂ ਜਿੱਦਾਂ ਦੇ ਮੁੱਦੇ ਚੁੱਕੇ ਨਾ, ਸੋ ਕਿਤੇ ਨਾ ਕਿਤੇ ਇਹਨਾਂ ਦੀ ਜਿਹੜੀ ਆਵਾਜ਼ ਆ ਉਹ ਇਮੀਗ੍ਰੇਸ਼ਨ ਤੱਕ ਪਹੁੰਚੀ, ਮਿਨਿਸਟਰ ਤੱਕ ਪਹੁੰਚੀ, ਅਤੇ
ਵੱਖ-ਵੱਖ ਟਾਈਮ ਤੇ ਹੁਣ ਅਸੀਂ ਦੇਖਿਆ ਕਿ ਪਿਛਲੇ ਕੁਝ ਦਿਨਾਂ ਵਿੱਚ ਕਾਫੀ ਅਨਾਊਂਸਮੈਂਟਸ ਆਈਆਂ ਆ ਤੇ ਕੁਝ ਨਾ ਕੁਝ ਰਿਲੀਫ ਮਿਲੀ ਹੈ ਉਹਦੇ ਤੋਂ ਇਹ ਲੱਗਦਾ ਕਿ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਇਹ ਵੀ ਚੀਜ਼ ਜੋੜ ਦਿੱਤੀ ਜਾਵੇ ਹਾਂਜੀ ਅਤੇ ਇਹਦੇ ਨਾਲ ਇੱਕ ਗੱਲ ਹੋਰ ਵੀ ਹੈਗੀ ਜਿਵੇਂ ਹੁਣ ਤੁਸੀਂ ਅਸਾਈਨਮੈਂਟਸ ਕਹਿੰਦੇ ਵੀ ਕੁਛ ਜਿਹੜੇ ਸਟੂਡੈਂਟ ਉੱਧਰ ਹੈਗੇ ਆ ਅਸਾਈਨਮੈਂਟ ਕਈਆਂ ਨੂੰ ਇੱਧਰ ਆ ਕੇ ਜਮ੍ਹਾਂ ਕਰਾਉਣੇ ਪੈਣੇ ਕਈਆਂ ਦਾ ਉੱਥੇ ਹੀ ਕੋਰਸ ਕੰਪਲੀਟ ਹੋ ਜਾਣਾ ਸੋ ਇਹਦੇ ਵਿੱਚ ਜਿਹੜਾ NZQA ਆ ਉਹਦੀ ਕੀ ਭੂਮਿਕਾ ਇਹਦੇ ਵਿੱਚ NZQA ਦਾ ਉਹਨਾਂ ਦੀ ਭੂਮਿਕਾ ਹੈ ਕਿ ਜਿਹੜਾ ਕੋਰਸ ਆ ਉਹ NZQA ਤੋਂ ਅਪਰੂਵ ਹੁੰਦਾ ਆ ਹਾਂਜੀ ਅਤੇ ਜਿਹੜਾ ਡਿਲੀਵਰੀ ਹੁੰਦੀ ਹੈ ਕੋਰਸ ਦੀ ਦੈਟ ਇਜ਼ ਫੇਸ ਟੂ ਫੇਸ ਮੋਸਟਲੀ ਜਿਹੜਾ ਕਿਉਂਕਿ ਰਿਕੁਆਇਰਮੈਂਟ ਅਸੀਂ ਪੋਸਟ ਸਟੱਡੀ ਵਰਕ ਵੀਜ਼ਾ ਦੀ ਗੱਲ ਕਰ ਰਹੇ ਸੀਗੇ ਉਹਦੇ 'ਚ ਸਟੂਡੈਂਟ ਨੂੰ ਇੱਥੇ ਆ ਕੇ ਪੜ੍ਹਨਾ ਪੈਂਦਾ ਹੈ ਕਿ ਜੇਕਰ ਲੈਵਲ 7 ਦਾ ਕੋਰਸ ਆ ਅਤੇ ਘੱਟੋ ਘੱਟ 30 ਹਫ਼ਤੇ ਸਟੂਡੈਂਟ ਇੱਥੇ ਪੜ੍ਹੇ ਹਾਂਜੀ ਅਤੇ ਫਿਰ ਉਹਨੂੰ ਪੋਸਟ ਸਟੱਡੀ ਵਰਕ ਵੀਜ਼ਾ ਮਿਲਦਾ ਹੈ ਠੀਕ ਹੈ ਅਤੇ ਜੇਕਰ ਲੈਵਲ 4-6 ਦਾ ਕੋਰਸ ਸਟੂਡੈਂਟ ਕਰਦਾ ਹੈ ਹਾਂਜੀ ਫਿਰ ਉਹ 2 ਸਾਲ ਦੀ ਸਟੱਡੀ ਹੁੰਦੀ ਹੈ ਠੀਕ ਸੋ 2 ਸਾਲ ਮਤਲਬ 30+ 60 ਹਫ਼ਤੇ ਸਟੂਡੈਂਟ ਇੱਥੇ ਪੜ੍ਹੇ ਠੀਕ ਹੈ ਸੋ NZQA ਤੋਂ ਮੋਸਟਲੀ ਜਿਹੜੀਆਂ ਡਿਲੀਵਰੀ ਆਪਸ਼ਨਸ ਅਪਰੂਵਡ ਆ ਉਹ ਹੈਗੀਆਂ ਫੇਸ ਟੂ ਫੇਸ ਸੋ ਇਹਦੇ 'ਚ NZQA ਨੇ ਇੱਕ ਵਧੀਆ ਰੋਲ ਕੀਤਾ ਕਿ ਜਿੱਦਣ ਆਪਣਾ ਲੋਕਡਾਊਨ ਦਾ ਆ ਗਿਆ ਸੀਗਾ ਉਸ ਦਿਨ ਸਾਨੂੰ ਸਾਰੇ ਪ੍ਰੋਵਾਈਡਰਸ ਨੂੰ ਕਾਲ ਆਈ ਸੀਗੀ NZQA ਤੋਂ ਅਤੇ ਸਾਡੀਆਂ ਜਿਹੜੀਆਂ ਐਪਲੀਕੇਸ਼ਨਸ ਆ ਕਿਉਂਕਿ ਉਹਨਾਂ ਨੇ ਵੀ ਆਪਣੀ ਰੈਗੂਲੇਸ਼ਨਸ ਦੇਖਣੀ ਹੈ ਇੱਦਾਂ ਹੀ ਸਾਨੂੰ ਫੇਸ ਟੂ ਫੇਸ ਡਿਲੀਵਰੀ ਤੋਂ ਔਨਲਾਈਨ ਡਿਲੀਵਰੀ 'ਚ ਸ਼ਿਫਟ ਨਹੀਂ ਕੀਤਾ ਜਾ ਸਕਦਾ ਬਟ ਬੜੇ ਫਾਸਟ ਟਰੈਕ 'ਤੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਕਰਕੇ ਤੁਹਾਡੇ ਕੋਲ ਔਨਲਾਈਨ ਸਟੱਡੀ ਕਰਾਉਣ ਦਾ ਕੀ ਮੋਡ ਹੈਗਾ ਆ ਸੋ ਫਾਸਟ ਟਰੈਕ 'ਤੇ ਉਹਨਾਂ ਨੇ ਐਪਲੀਕੇਸ਼ਨਸ ਜਿਹੜੀਆਂ ਉਹ ਪਾਸ ਕੀਤੀਆਂ ਸੋ ਇਹ ਉਹਨਾਂ ਦਾ ਸਟੈਪ ਵਧੀਆ ਸਟੈਪ ਰਿਹਾ ਠੀਕ ਹੈ ਜੀ ਕੋਈ ਜਿਹੜੀ ਹੋਰ ਲੱਗਦਾ ਤੁਹਾਨੂੰ ਵੀ ਜਿਹੜਾ NZQA ਦੇ ਆਹ ਚੀਜ਼ ਹੋਣੀ ਚਾਹੀਦੀ ਸੀ ਜਿਹਦੇ ਨਾਲ ਇੰਟਰਨੈਸ਼ਨਲ ਸਟੂਡੈਂਟਸ ਨੂੰ ਫਾਇਦਾ ਹੋਵੇ ਆਈ ਥਿੰਕ ਇਹ ਹੁਣ ਜ਼ਿਆਦਾ ਜਿਹੜਾ ਮੁੱਦਾ ਹੈਗਾ ਆ ਇਮੀਗ੍ਰੇਸ਼ਨ ਨਾਲ ਰਿਲੇਟਿਡ ਆ ਹਾਂਜੀ ਕਿਉਂਕਿ NZQA ਜ਼ਿਆਦਾ ਦੇਖਦਾ ਹੈ ਆਪਣਾ ਐਜੂਕੇਸ਼ਨ ਹੋ ਗਿਆ ਕੋਰਸਿਸ ਹੋ ਗਏ ਇਹ ਉਹਨਾਂ ਕੋਲ ਅਪਰੂਵਡ ਆ ਉਹ ਇਹ ਚੀਜ਼ ਦੇਖਦੇ ਆ ਜ਼ਿਆਦਾ ਜਿਹੜਾ ਮੁੱਦਾ ਜੁੜਿਆ ਪਿਆ ਉਹ ਇਮੀਗ੍ਰੇਸ਼ਨ ਦੇ ਨਾਲ ਹੈ ਕਿਉਂਕਿ ਜਿੰਨੀ ਦੇਰ ਇਮੀਗ੍ਰੇਸ਼ਨ ਸਟੂਡੈਂਟਸ ਦਾ ਅਪਰੂਵ ਨਹੀਂ ਕਰਦੀ ਜਿੰਨੀ ਦੇਰ ਇਮੀਗ੍ਰੇਸ਼ਨ ਵੱਲੋਂ ਕੋਈ ਕਲੈਰਿਟੀ ਨਹੀਂ ਆਉਂਦੀ ਹਾਂਜੀ ਉਨੀ ਦੇਰ ਤੱਕ NZQA ਕੁਛ ਨਹੀਂ ਕਰ ਸਕਦਾ NZQA ਹਰ ਇਨਫੋਰਮੇਸ਼ਨ ਵਾਸਤੇ ਡਿਪੈਂਡੈਂਟ ਹੁੰਦਾ ਆ ਪ੍ਰੋਵਾਈਡਰਸ 'ਤੇ ਹਾਂਜੀ ਅਤੇ ਇਹ ਅਸੀਂ ਆਪਣੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਦੇਖ ਰਹੇ ਉਹਨਾਂ ਨੂੰ ਅਸੀਂ ਅਪੀਲ ਵੀ ਮੈਂ ਕਰਨੀ ਚਾਹੂੰਗੀ ਕਿ ਕੋਈ ਵੀ ਕੋਰਸ ਦੇ ਰਿਲੇਟਿਡ ਅਸਾਈਨਮੈਂਟ ਦੇ ਰਿਲੇਟਿਡ ਜਾਂ ਕੋਈ ਹੋਰ ਕੁਐਰੀ ਹੈ ਤੁਸੀਂ NZQA ਨੂੰ ਕੰਟੈਕਟ ਕਰਨ ਦੀ ਬਜਾਏ ਆਪਣੇ ਪ੍ਰੋਵਾਈਡਰ ਨੂੰ ਕੰਟੈਕਟ ਕਰੋ ਕਿਉਂਕਿ ਅਸੀਂ ਅਗਲੇ ਦਿਨਾਂ 'ਚ ਇਹ ਵੀ ਡਿਸਕਸ ਕਰਾਂਗੇ ਕਿ ਕੋਆਰਡੀਨੇਸ਼ਨ ਜਿਹੜੀ ਸਕੂਲ ਦੀ ਅਤੇ NZQA ਦੀ ਉਹ ਕਿੱਦਾਂ ਹੁੰਦੀ ਹੈ ਨਾ ਸੋ ਇਸ ਕਰਕੇ ਬੈਟਰ ਇਨਫੋਰਮੇਸ਼ਨ ਜਿਹੜੀ ਸਟੂਡੈਂਟਸ ਨੂੰ ਮਿਲ ਸਕਦੀ ਹੈ ਉਹ ਪ੍ਰੋਵਾਈਡਰ ਤੋਂ ਮਿਲ ਸਕਦੀ ਹੈ ਫਰਸਟ੍ਰੇਸ਼ਨ ਵੀ ਹੁੰਦੀ ਹੈ ਕਿਉਂਕਿ ਅਸੀਂ ਇੱਥੇ ਦੇਖ ਰਹੇ ਹਾਂ ਕਿ ਬਹੁਤ ਸਾਰੀਆਂ ਕੁਐਰੀਜ਼ ਆਉਂਦੀਆਂ ਆ ਪ੍ਰੋਵਾਈਡਰਸ ਵੀ ਕਈ ਘਰਾਂ ਤੋਂ ਕੰਮ ਕਰ ਰਹੇ ਆ ਮੋਸਟਲੀ ਇੱਥੇ ਵੀ ਔਨਲਾਈਨ ਸਟੱਡੀਜ਼ ਆਪਾਂ ਔਫਰ ਕਰ ਰਹੇ ਹਾਂ ਸੋ ਉਹ ਫਰਸਟ੍ਰੇਸ਼ਨ ਹੋ ਸਕਦੀ ਹੈ ਪਰ NZQA ਤੋਂ ਡਾਇਰੈਕਟਲੀ ਉਹਨਾਂ ਨੂੰ ਇਸ ਟਾਈਮ 'ਤੇ ਕੋਈ ਖਾਸ ਇਨਫੋਰਮੇਸ਼ਨ ਨਹੀਂ ਮਿਲ ਸਕਦੀ ਕਿਉਂਕਿ ਸਾਰੀ ਦੀ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਪ੍ਰੋਵਾਈਡਰਸ ਤੋਂ ਹੈ ਠੀਕ ਹੈ ਜੀ ਅਤੇ ਅਸੀਂ ਜਿਵੇਂ ਤੁਸੀਂ ਵੀ ਨੋਟ ਕੀਤਾ ਹੋਏਗਾ ਕਿ ਪੋਸਟ ਸਟੱਡੀ ਵਰਕ ਵੀਜ਼ਾ ਦੀ ਜਿਹੜੀ ਡਿਮਾਂਡ ਆ ਇਹ ਕੁਐਸਚਨ ਬੜਾ ਵੱਡੇ ਪੱਧਰ 'ਤੇ ਆ ਰਿਹਾ ਹਾਂਜੀ ਇਹਦਾ ਕਾਰਨ ਮੈਂ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਸੀਗੀ ਅਤੇ ਮੇਰਾ ਪਰਸਨਲ ਤਜ਼ਰਬਾ ਵੀ ਜਿਹੜਾ ਪਿਛਲੇ 8-10 ਸਾਲਾਂ ਤੋਂ ਹਾਂਜੀ ਕਿ ਮੋਸਟਲੀ ਸਟੂਡੈਂਟ ਕੀ ਕਰਦੇ ਆ ਹੁਣ 1 ਸਾਲ ਦਾ ਕੋਰਸ ਹੁੰਦਾ ਆ ਅਤੇ 40-42 ਹਫ਼ਤੇ ਦੇ ਵਿੱਚ ਸਟੂਡੈਂਟ ਕੰਪਲੀਟ ਕਰ ਲੈਂਦਾ ਕੋਰਸ ਅਤੇ ਉਹ ਪੋਸਟ ਸਟੱਡੀ ਵਰਕ ਵੀਜ਼ਾ ਨੂੰ ਦੇਖਦੇ ਆ ਐਜ਼ ਏ ਕਾਊਂਟ ਡਾਊਨ ਕਿ ਜਿੱਦਣ ਸਾਡਾ ਵੀਜ਼ਾ ਲੱਗ ਗਿਆ ਉਦਣ ਤੋਂ ਹੀ ਗਿਣਤੀ ਸ਼ੁਰੂ ਹੋ ਜਾਂਦੀ ਹੈ ਕਿ ਵੀਜ਼ਾ ਐਕਸਪਾਇਰ ਕਦੋਂ ਹੋਣਾ ਠੀਕ ਹੈ ਇਸ ਕਰਕੇ ਵੱਡੇ ਪੱਧਰ 'ਤੇ ਮੈਂ ਦੇਖਿਆ ਕਿ ਜਿਹੜੇ ਸਟੂਡੈਂਟਸ ਆ ਉਹ ਜਦੋਂ ਕੋਰਸ ਖਤਮ ਕਰਦੇ ਆ ਉਹ ਆਪਣਾ ਸਰਟੀਫਿਕੇਟ ਨਹੀਂ ਲੈਂਦੇ ਅਤੇ ਉਹ ਸੋਚਦੇ ਕਿ ਅਸੀਂ ਪਹਿਲਾਂ ਇੰਡੀਆ 'ਚ ਆਈਏ ਅਤੇ ਆ ਕੇ ਆਪਾਂ ਵਰਕ ਵੀਜ਼ਾ ਅਪਲਾਈ ਕਰਾਂਗੇ ਠੀਕ ਹੈ ਸੋ ਉਹ ਵਾਲੇ ਜਿਹੜੇ 10-12 ਹਫ਼ਤੇ ਹੁੰਦੇ ਆ ਉਹ ਯੂਜ਼ ਕਰਨਾ ਚਾਹੁੰਦੇ ਆ ਸੋ ਮੈਨੂੰ ਲੱਗਦਾ ਕਿ ਜਿਹੜਾ ਇਹ ਕੁਐਸਚਨ ਬੜੇ ਵੱਡੇ ਪੱਧਰ 'ਤੇ ਆ ਰਿਹਾ ਇਹ ਸ਼ਾਇਦ ਬਹੁਤ ਸਾਰੇ ਉਹ ਵੀ ਸਟੂਡੈਂਟਸ ਹੋ ਸਕਦੇ ਆ ਜਿਨ੍ਹਾਂ ਨੇ ਕੋਰਸ ਖਤਮ ਕੀਤਾ ਅਤੇ ਉਹਨਾਂ ਨੇ ਇਹ ਸੋਚਿਆ ਕਿ ਅਸੀਂ ਵਾਪਸ ਆ ਕੇ ਫਿਰ ਅਪਲਾਈ ਕਰਾਂਗੇ ਹਾਂਜੀ ਤੇ ਹੁਣ ਉਹਨਾਂ ਨੂੰ ਵੀ ਕੋਈ ਆਨਸਰ ਨਹੀਂ ਮਿਲ ਰਿਹਾ ਹਾਂਜੀ ਮਤਲਬ ਕਹਿਣਾ ਮਤਲਬ ਇਸ ਵੇਲੇ ਉਹਨਾਂ ਦੇ ਵਿੱਚ ਮਨ 'ਚ ਕਈ ਤਰ੍ਹਾਂ ਦੇ ਸ਼ੰਕੇ ਹੈਗੇ ਵੀ ਸਾਡਾ ਕੀ ਬਣੂਗਾ ਗਵਰਨਮੈਂਟ ਕਿਸ ਤਰ੍ਹਾਂ ਦਾ ਡਿਸੀਜਨ ਲਊਗੀ ਸ਼ੰਕੇ ਹੋਣੇ ਬਿਲਕੁਲ ਨੋਰਮਲ ਹੈ ਨੋਰਮਲ ਹੈ ਹਾਂਜੀ ਕਿਉਂਕਿ ਉਹਨਾਂ ਦਾ ਦੇਖੋ ਫਿਊਚਰ ਇਹਦੇ 'ਤੇ ਡਿਪੈਂਡੈਂਟ ਹੈ ਬਹੁਤ ਸਾਰੇ ਇੱਥੇ ਸਟੂਡੈਂਟਸ ਹੈ ਜਿਹੜੇ
ਕੈਨੇਡਾ ਵਾਸਤੇ ਡਾਕੂਮੈਂਟਸ ਮੰਗਣੇ ਸ਼ੁਰੂ ਕਰ ਦਿੱਤੇ ਆ ਉਹਨਾਂ ਨੇ, ਬੜੀ ਹਾਈ ਡਿਮਾਂਡ ਆ ਉਹ ਵੀ। ਸੋ ਕਿਉਂਕਿ ਉਹਨਾਂ ਨੂੰ ਸ਼ਾਇਦ ਪਤਾ ਨਹੀਂ ਲੱਗ ਰਿਹਾ, ਸੋ ਸਿਕਿਓਰ ਆਪਣਾ ਫਿਊਚਰ ਕਰਨਾ ਚਾਹ ਰਿਹਾ ਕਿ ਅਗਰ ਇੱਧਰ ਨਹੀਂ ਕੁਛ ਬਣਦਾ ਐਟਲੀਸਟ। ਸੋ ਕਹਿੰਦਾ ਜਿਹੜੇ ਇੰਡੀਆ ਤੋਂ ਜਿਹੜੇ ਸਟੂਡੈਂਟ ਇਸ ਵੇਲੇ ਫਸੇ ਹੋਏ ਆ ਉਹ ਸਰਟੀਫਿਕੇਟ ਮੰਗਣੇ ਸ਼ੁਰੂ ਕਰਤੇ ਵੀ ਤਾਂ ਜੋ ਉੱਥੇ ਬੈਠ ਕੇ ਕੈਨੇਡਾ ਲਈ ਅਪਲਾਈ ਕਰੇ। ਹਾਂਜੀ, ਇੱਥੋਂ ਉਹ ਲੋਕਲ ਵੀ ਕਾਫੀ ਸਟੂਡੈਂਟ ਇੱਥੋਂ ਲੋਕਲ ਵੀ ਹੈਗੇ ਵੀ ਜੇ ਇੱਥੇ ਨਿਊਜ਼ੀਲੈਂਡ ਵਿੱਚ ਕੁਛ ਨਾ ਬਣਿਆ ਤਾਂ ਉਹਨਾਂ ਲਈ ਇੱਕ ਹੋਰ ਉਹਨਾਂ ਨੇ ਆਪਸ਼ਨ ਰੱਖੀ ਹੋਈ ਹੈ, ਉਹ ਉਹਨਾਂ ਨੇ ਆਪਸ਼ਨ ਰੱਖੀ ਹੋਈ ਹੈ। ਹਾਂਜੀ, ਸੋ ਇਹਦੇ ਨਾਲ ਇੱਕ ਹੋਰ ਜਿਹੜਾ ਮੰਗ ਇਹ ਵੀ ਉੱਠੀ ਹੈ ਕਿ ਨਿਊਜ਼ੀਲੈਂਡ ਦੀਆਂ ਜਿਹੜੀਆਂ ਸੰਸਥਾਵਾਂ ਮੰਗ ਕਰ ਰਹੀਆਂ ਪ੍ਰਾਈਵੇਟ ਵੀ ਜਿਹੜੇ ਨਵੇਂ ਐਡਮਿਸ਼ਨਸ ਖੋਲ੍ਹਣ ਬਾਰੇ, ਉਹਦਾ ਕਿਵੇਂ ਪ੍ਰਭਾਵ ਦਿੰਦੇ ਆ? ਆਮ ਮੰਨਿਆ ਜਾ ਰਿਹਾ ਕਿ ਜੇ ਉਹ ਖੁੱਲ੍ਹਦੀਆਂ ਤਾਂ ਉਹਦਾ ਫਾਇਦਾ ਹੋਏਗਾ ਨਿਊਜ਼ੀਲੈਂਡ ਨੂੰ ਵੀ ਹੋਏਗਾ ਅਤੇ ਸਟੂਡੈਂਟਸ ਨੂੰ ਵੀ ਹੋਏਗਾ। ਦੇਖੋ, ਉਸ ਤੋਂ ਪਹਿਲੇ ਗਵਰਨਮੈਂਟ ਨੂੰ ਇਹ ਕਲੈਰਿਟੀ ਦੇਣੀ ਜ਼ਰੂਰੀ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਆ ਉਹਨਾਂ ਨੂੰ ਇਹ ਕਿੱਦਾਂ ਦੇਖਦੇ, ਕਿਉਂਕਿ ਸਾਡੀ ਇੰਟਰਨੈਸ਼ਨਲ ਸੈਕਟਰ ਦੀ ਰੈਪੂਟੇਸ਼ਨ ਦਾ ਸਵਾਲ ਆ ਨਾ। ਅਤੇ ਜੇਕਰ ਆਪਾਂ ਇਹਦੀ ਇਕੋਨਮਿਕ ਕੰਟਰੀਬਿਊਸ਼ਨ ਦੇਖੀਏ ਤਾਂ ਇੱਕ ਲਾਰਜੈਸਟ ਕੰਟਰੀਬਿਊਸ਼ਨ ਹੈ, ਆਈ ਥਿੰਕ 5.1 million ਦੀ ਕੰਟਰੀਬਿਊਸ਼ਨ ਹੈਗੀ ਹੈ ਟੁਵਰਡਸ ਨਿਊਜ਼ੀਲੈਂਡ ਇਕੋਨਮੀ। ਸੋ ਬਿਗ ਕੰਟਰੀਬਿਊਸ਼ਨ ਹੈ, ਇਸ ਕਰਕੇ ਇਸ ਬਿਲੀਅਨ 5.1 billion ਸੋਰੀ। ਹਾਂਜੀ, ਸੋ ਬਿਗ ਕੰਟਰੀਬਿਊਸ਼ਨ ਹੈ ਨਾ। ਸੋ ਇਸ ਕਰਕੇ ਸਾਡੀ ਜਿਹੜੀ ਰੈਪੂਟੇਸ਼ਨ ਆ ਉਹ ਇਹਦੇ 'ਤੇ ਡਿਪੈਂਡੈਂਟ ਆ। ਉਹ ਤੁਸੀਂ ਦੇਖੋ ਕਿ ਪਹਿਲਾਂ ਹੀ ਅਗਰ ਅਸੀਂ ਨਿਊਜ਼ੀਲੈਂਡ ਦੇਖੀਏ ਅਤੇ ਜਿੰਨੇ ਵੀ ਹੁਣ ਤੱਕ ਸਟੂਡੈਂਟਸ ਆਉਂਦੇ ਆ ਜਦੋਂ ਸਾਡੇ ਕੋਲ, ਉਹਨਾਂ ਕੋਲ ਓਰੀਐਂਟੇਸ਼ਨ 'ਚ ਅਸੀਂ ਇੱਕ ਸਵਾਲ ਜ਼ਰੂਰ ਪੁੱਛਦੇ ਹਾਂ ਕਿ ਵਾਈ ਨਿਊਜ਼ੀਲੈਂਡ, ਅਤੇ ਮੋਸਟਲੀ ਆਈ ਥਿੰਕ 90% ਪਲੱਸ ਇੱਕ ਆਂਸਰ ਆਉਂਦਾ ਹੈ ਕਿ ਹੋਰ ਕੋਈ ਆਪਸ਼ਨ ਨਹੀਂ ਸੀਗੀ। ਹਾਂਜੀ, ਮਤਲਬ ਲਾਸਟ ਉੱਤੇ ਰੱਖਿਆ ਹੋਇਆ ਨਿਊਜ਼ੀਲੈਂਡ। ਹਾਂਜੀ, ਐਂਡ ਨੋਟ ਓਨਲੀ ਆਪਣੇ ਪੰਜਾਬੀ ਜਾਂ ਇੰਡੀਅਨ ਸਟੂਡੈਂਟਸ, ਬਾਕੀ ਵੀ ਪਿਛਲੇ ਸਾਲ ਅਸੀਂ ਯੂਨੀਵਰਸਿਟੀ ਦੇ ਐਂਟਰੈਂਸ ਟੈਸਟ ਲਏ ਸੀਗੇ, ਸੋ ਉਹਦੇ 'ਚ ਬਾਕੀ ਸਾਰੀਆਂ ਨੈਸ਼ਨੈਲਿਟੀਜ਼ ਸੀਗੀਆਂ ਕਿਉਂਕਿ ਉਹ ਇੰਡੀਅਨਸ ਵਾਸਤੇ ਟੈਸਟ ਨਹੀਂ ਸੀਗਾ। ਅਤੇ ਉਹਦੇ 'ਚ ਵੀ ਮੈਂ ਇਹ ਸਵਾਲ ਹਰ ਸਟੂਡੈਂਟ ਨੂੰ ਪੁੱਛਿਆ ਕਿਉਂਕਿ ਇਹ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਉਂ ਨਿਊਜ਼ੀਲੈਂਡ ਮਨ 'ਚ ਕੀ ਹੈ। ਹਾਂਜੀ, ਅਤੇ ਇਹ ਹਰ ਇੱਕ ਨੈਸ਼ਨੈਲਿਟੀ ਦਾ ਸੇਮ ਹੀ ਆਂਸਰ ਸੀਗਾ ਕਿ ਜਿਹੜੇ ਟੌਪ ਸਟੂਡੈਂਟ ਹੈ ਉਹ ਵਾਲੇ ਕੰਟਰੀ 'ਚ ਜਾਂਦੇ ਆ, ਉਸ ਤੋਂ ਬਾਅਦ ਵਾਲੇ ਉਹ ਜਾਂਦੇ ਆ ਅਤੇ ਬਾਕੀ। ਸੋ ਇਹ ਚੀਜ਼ ਦੇਖਣੀ ਚਾਹੀਦੀ ਹੈ ਸਾਨੂੰ, ਇਹਨਾਂ ਸਰਕਾਰ ਨੂੰ ਦੇਖਣੀ ਚਾਹੀਦੀ ਹੈ ਕਿ ਨਿਊਜ਼ੀਲੈਂਡ ਦੀ ਇਹ ਜਿਹੜੀ ਡਿਮਾਂਡ ਕਿੱਥੇ ਹੈਗੀ ਹੈ, ਅਤੇ ਹੁਣ ਤਾਂ ਵੈਸੇ ਇਹਨੂੰ ਪ੍ਰਮੋਟ ਕਰਨਾ ਚਾਹੀਦਾ ਐਜ਼ ਏ ਸੇਫ ਕੰਟਰੀ, ਕਿਉਂਕਿ ਕੋਵਿਡ ਜਿੱਦਾਂ ਇਹਨਾਂ ਨੇ ਕੰਟਰੋਲ ਕੀਤਾ ਇੱਕ ਬਹੁਤ ਵਧੀਆ ਇਹਨਾਂ ਕੋਲ ਪੁਆਇੰਟ ਆ। ਅਤੇ ਬਟ ਉਹਦੇ ਵਾਸਤੇ ਉਸ ਤੋਂ ਪਹਿਲਾਂ ਇਹ ਕਲੈਰਿਟੀ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਹੁਣੇ ਜਿਵੇਂ ਤੁਸੀਂ ਕਿਹਾ ਕਿ ਡਿਮਾਂਡ ਆ ਰਹੀ ਹੈ ਕਿ ਇੰਟਰਨੈਸ਼ਨਲ ਐਜੂਕੇਸ਼ਨ ਦੁਬਾਰਾ ਖੋਲ੍ਹੀ ਜਾਵੇ, ਸੋ ਉਹ ਖੋਲ੍ਹਣ ਵਾਸਤੇ ਜੇ ਸਟੂਡੈਂਟ ਉੱਥੇ ਔਨਲਾਈਨ ਹੀ ਪੜ੍ਹਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਬੈਨੀਫਿਟ ਕੀ ਹੈ, ਉਹ ਇਹ ਕੰਟਰੀ 'ਚ ਆ ਸਕਦੇ ਆ ਕਿ ਨਹੀਂ ਆ ਸਕਦੇ, ਉਹਨਾਂ ਦੇ ਵਰਕ ਰਾਈਟ ਦਾ ਕੀ ਬਣੇਗਾ, ਉਹਨਾਂ ਦੇ ਪੋਸਟ ਸਟੱਡੀ ਵਰਕ ਵੀਜ਼ਾਸ ਦਾ ਕੀ ਬਣੇਗਾ, ਸੋ ਇਹ ਸਾਰੀਆਂ ਸਮੱਸਿਆਵਾਂ। ਅਤੇ ਹਾਂਜੀ, ਅਤੇ ਨਾਲ ਜਿਹੜੀਆਂ ਪ੍ਰਾਈਵੇਟ ਸੰਸਥਾਵਾਂ ਹੈਗੀਆਂ ਉਹਨਾਂ ਦਾ ਇਸ ਵੇਲੇ ਫਿਰ ਕਿਵੇਂ ਸਰਵਾਈਵ ਕਰ ਰਹੀਆਂ ਅੱਜ ਦੇ ਹਾਲਾਤ, ਕਿਉਂਕਿ ਨਵੀਂ ਐਡਮਿਸ਼ਨ ਤਾਂ ਹੋ ਨਹੀਂ ਰਹੀ ਅਤੇ ਪੁਰਾਣੇ ਸਟੂਡੈਂਟ ਵੀ ਹੌਲੀ ਹੌਲੀ ਜਿਵੇਂ ਪਾਸ ਆਊਟ ਹੋਣ ਨਿਕਲ ਜਾਣੇ ਆ, ਤਾਂ ਫਿਰ ਉਹਨਾਂ ਦੇ ਲਈ ਕੀ ਰਾਹ ਬਚਦਾ ਹੈ? ਬਹੁਤ ਟਾਈਮ ਤਾਂ ਜੇ ਦੇਖਿਆ ਜਾਏ ਤਾਂ ਔਖਾ ਆ, ਬਟ ਪਿਛਲੇ ਟਾਈਮ 'ਚ ਜਿਹੜਾ ਇੱਕ ਬਿਗ ਸਭ ਤੋਂ ਹੁੰਦਾ ਉਹ ਹੈਗਾ ਸੀਗਾ ਵੇਜ ਸਬਸਿਡੀ। ਹਾਂਜੀ, ਸੋ ਉਹਦੇ 'ਚ ਸਰਕਾਰ ਨੇ ਕਾਫੀ ਹੈਲਪ ਕੀਤੀ ਹੈ। ਹਾਂਜੀ, ਸੋ ਉਹਦਾ ਕਰਕੇ ਵੀ ਇੱਕ ਸਟੂਡੈਂਟਸ ਨੇ ਕਈ ਐਡਮਿਸ਼ਨ, ਕਿਉਂਕਿ ਕਈ ਇੱਥੇ ਲੋਕਲ ਸੀਗੇ ਸਟੂਡੈਂਟਸ ਜਿਨ੍ਹਾਂ ਨੇ ਆਪਣਾ ਵੀਜ਼ਾ ਵਧਾ ਲਿਆ। ਹਾਂਜੀ, ਬਾਕੀ ਬਹੁਤ ਸਾਰੇ ਇੱਦਾਂ ਵੀ ਜਿਹੜੇ ਵਰਕ ਵੀਜ਼ਾ ਤੋਂ ਉਹਨਾਂ ਨੇ ਕਨਵਰਟ ਕੀਤਾ ਆਪਣਾ ਸਟੂਡੈਂਟਸ ਵਾਲੇ ਪਾਸੇ ਚਲੇ ਗਏ ਸੀਗੇ, ਵਿਜ਼ਿਟਰ ਤੋਂ ਵੀ ਕਾਫੀ ਸਟੂਡੈਂਟ ਵੀਜ਼ਾ 'ਚ ਕਨਵਰਜਨਸ ਹੋਈਆਂ। ਸੋ ਇੱਦਾਂ ਜਿਹੜੇ ਕਹਿ ਲਓ ਕਿ ਛੋਟੀਆਂ ਛੋਟੀਆਂ ਕੰਮਾਂ ਦਾ ਕਰਕੇ ਆਪਾਂ ਸਰਵਾਈਵ ਕਰ ਰਹੇ ਸੀਗੇ, ਬਟ ਹੁਣ ਗਵਰਨਮੈਂਟ ਦੀ ਇੱਕ ਸਪੋਰਟ ਵੀ ਹੈ, 10 million ਦੀ ਫੰਡਿੰਗ ਵੀ ਹੈ ਉਹਨਾਂ ਦੀ। ਸੋ ਜਿਹੜੀ ਟਰਸ਼ਰੀ ਐਜੂਕੇਸ਼ਨ ਕਮਿਸ਼ਨ ਹੈਂਡਲ ਕਰ ਰਹੇ ਆ, ਸੋ ਉਹਦੇ 'ਚ ਫਿਰ ਇਹ ਹੈ ਕਿ ਪ੍ਰੋਵਾਈਡਰਸ ਜਿਹੜੇ ਆ ਉਹ ਆਪਣੀ ਐਪਲੀਕੇਸ਼ਨਸ ਸਬਮਿਟ ਕਰਨਗੇ, ਉਹਨਾਂ ਦੀ ਐਪਲੀਕੇਸ਼ਨਸ ਅਸੈਸ ਹੋਏਗੀ, ਦੈਨ ਬੇਸਡ ਔਨ ਉਹਨਾਂ ਦੀ ਪਰਫੋਰਮੈਂਸ। ਉਹਦੇ 'ਚ ਇੱਕ ਗੱਲ ਹੈ ਕਿ ਸਿਰਫ ਕੈਟਾਗਰੀ 1 ਅਤੇ 2 ਵਾਲੇ ਪ੍ਰੋਵਾਈਡਰ ਹੀ ਅਪਲਾਈ ਕਰ ਸਕਦੇ ਆ ਫੰਡਿੰਗ। ਮੇਰੇ ਖਿਆਲ 2 ਤੇ 3 ਵਾਲੇ ਆ, 3 ਤੇ 4 ਵਾਲੇ ਮੇਰੇ ਖਿਆਲ ਤਾਂ ਬੰਦ ਹੋ ਹੀ ਗਏ ਪਿਛਲੇ ਸਮੇਂ ਦੇ ਦੌਰਾਨ। ਹਾਲੇ ਵੀ ਕਾਫੀ ਹੈਗੇ ਨੇ 3-4 ਵਾਲੇ। ਹਾਂਜੀ, ਕਿਉਂਕਿ ਉਹਨਾਂ ਦੀ ਜਿਹੜੇ 4 ਵਾਲੇ ਆ ਉਹ ਐਡਮਿਸ਼ਨਸ ਨਹੀਂ ਕਰ ਸਕਦੇ ਹੁੰਦੇ, ਜਿਹੜੇ 3 ਵਾਲੇ ਆ ਉਹਨਾਂ ਦਾ ਐਵਰੀ 6 ਮੰਥ ਆਡਿਟ ਹੁੰਦਾ। ਇਹਦੇ ਨਾਲ ਮੈਨੂੰ ਇੱਕ ਹੋਰ ਸਵਾਲ ਜਿਹੜਾ ਹੈਗਾ, ਜਿਹੜੇ ਖਾਸ ਤੌਰ 'ਤੇ ਪੰਜਾਬ 'ਚ ਸਟੂਡੈਂਟ ਬੈਠੇ ਜਿਹੜੇ ਆਉਣਾ ਚਾਹੁੰਦੇ ਨਿਊਜ਼ੀਲੈਂਡ ਦੇ ਵਿੱਚ ਫਰੈਸ਼ ਐਡਮਿਸ਼ਨ ਕਰਾਉਣਾ ਚਾਹੁੰਦੇ ਆ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ?
ਉਹਨਾਂ ਲਈ ਕਿਹੜਾ ਰਾਹ ਖੁੱਲਿਆ ਇਸ ਵੇਲੇ ਹਾਲ ਦੀ ਘੜੀ ਜਿਹੜੇ ਨਿਊਜ਼ੀਲੈਂਡ ਲਈ ਇੰਟਰਸਟਡ ਹੈ ਜਿਹੜੇ ਫਿਲਹਾਲ ਤੇ ਅੱਛਾ ਅਸੀਂ ਇਹਨੂੰ ਇੱਕ ਪਾਸੇ ਰੱਖ ਦਈਏ ਕਿ ਸਰਕਾਰ ਦੀਆਂ ਪਾਲਿਸੀਜ਼ ਕੀ ਆਉਂਦੀਆਂ ਆ ਹਾਂਜੀ ਹਾਂਜੀ ਠੀਕ ਹੈ ਸੋ ਜਿਹੜੇ ਇੰਟਰਸਟਡ ਹੈ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਪ੍ਰੈਜ਼ੈਂਟ ਸਰਕਮਸਟੈਂਸਿਸ ਦੇ ਵਿੱਚ ਪ੍ਰੈਜ਼ੈਂਟ ਸਰਕਮਸਟੈਂਸਿਸ ਦੇ ਵਿੱਚ ਆਈ ਥਿੰਕ ਕਿ ਜਿਹੜਾ ਫਿਲਹਾਲ ਸਟੂਡੈਂਟ ਵੀਜ਼ਾ ਨਹੀਂ ਖੁੱਲਿਆ ਹਾਂਜੀ ਨਾ ਤੇ ਉਹਨਾਂ ਨੂੰ ਪਹਿਲਾਂ ਤਾਂ ਵੇਟ ਹੀ ਕਰਨੀ ਚਾਹੀਦੀ ਹੈ ਹਾਂਜੀ ਨਾ ਕਿਉਂਕਿ ਹਾਲੇ ਮੈਨੂੰ ਨਹੀਂ ਲੱਗਦਾ ਕੋਈ ਆਪਸ਼ਨ ਹੈਗੀ ਹੈ ਕਿਉਂਕਿ ਬਹੁਤ ਸਾਰੇ ਸਵਾਲ ਜਵਾਬ ਆਉਂਦੇ ਆ ਨਾ ਸਾਨੂੰ ਪੁੱਛਦੇ ਹਾਂਜੀ ਫਿਲਹਾਲ ਕੋਈ ਵੀ ਆਪਸ਼ਨ ਨਹੀਂ ਹੈਗੀ ਉਹਨਾਂ ਨੂੰ ਪੜ੍ਹਦੇ ਰਹਿਣਾ ਚਾਹੀਦਾ ਹੈ ਅਪਡੇਟ ਦੇਖਦੇ ਰਹਿਣਾ ਚਾਹੀਦਾ ਹੈ ਹਾਂਜੀ ਹਾਂਜੀ ਹਾਲੇ ਕੋਈ ਆਪਸ਼ਨ ਨਹੀਂ ਹੈਗੀ ਉਹਨਾਂ ਵਾਸਤੇ ਕੋਈ ਹੋਰ ਜਿਹੜਾ ਤੁਹਾਨੂੰ ਲੱਗਦਾ ਪੁਆਇੰਟ ਜਿਹੜਾ ਡਿਸਕਸ ਕਰਨਾ ਜਾਂ ਇੰਟਰਨੈਸ਼ਨਲ ਸਟੂਡੈਂਟਸ ਲਈ ਆਪਾਂ ਲੱਗਦਾ ਕਿ ਉਹਨਾਂ ਦੇ ਨਾਲ ਇਨਫੋਰਮੇਸ਼ਨ ਸਾਂਝੀ ਹੋਣੀ ਚਾਹੀਦੀ ਹੈ ਇੰਟਰਨੈਸ਼ਨਲ ਸਟੂਡੈਂਟਸ ਦਾ ਜਿਵੇਂ ਅਸੀਂ ਸਮੱਸਿਆਵਾਂ ਤਾਂ ਉਹਨਾਂ ਦੀਆਂ ਡਿਸਕਸ ਕਰ ਹੀ ਦਿੱਤੀਆਂ ਹਾਂਜੀ ਬਟ ਇਹ ਹੈ ਕਿ ਜਿਹੜਾ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਉਹ ਆਪਣੇ ਪ੍ਰੋਵਾਈਡਰ ਨੂੰ ਕਰਨ ਕਿਉਂਕਿ ਬਹੁਤ ਸਾਰੇ ਮੈਂ ਇੱਦਾਂ ਦੇ ਦੇਖਿਆ ਲੋਕ NZQA ਨੂੰ ਡਾਇਰੈਕਟਲੀ ਕੰਟੈਕਟ ਕਰਦੇ ਆ NZQA ਕੋਲ ਕੋਈ ਉਹਦਾ ਦੀ ਇਨਫੋਰਮੇਸ਼ਨ ਨਹੀਂ ਹੁੰਦੀ ਹੋਏਗੀ ਸੋ ਉਹ ਕੀ ਹੁੰਦਾ ਕਿ ਉਹ ਡਿਲੇ ਹੋ ਜਾਂਦਾ ਫਿਰ ਕਿਉਂਕਿ NZQA ਨੇ ਵੀ ਪ੍ਰੋਵਾਈਡਰ ਨੂੰ ਕੰਟੈਕਟ ਕਰਨਾ ਅਤੇ ਫਿਰ ਉਹ ਇਨਫੋਰਮੇਸ਼ਨ ਦੇਣੀ ਹੈ ਸੋ ਬੈਟਰ ਇਹ ਹੈ ਕਿ ਆਪਣੇ ਪ੍ਰੋਵਾਈਡਰਸ ਦੇ ਨਾਲ ਹੀ ਕੰਟੈਕਟ ਬਣਾ ਕੇ ਰੱਖਿਆ ਜਾਏ ਬਾਕੀ ਜਿਹੜੀ ਇਹ ਸਿਚੁਏਸ਼ਨ ਆਪਾਂ ਅੰਡਰਸਟੈਂਡ ਕਰਦੇ ਹਾਂ ਹਾਂਜੀ ਕਿ ਬੜੀ ਕ੍ਰਿਟੀਕਲ ਸਿਚੁਏਸ਼ਨ ਹੈ ਸਹੀ ਗੱਲ 6 ਮਹੀਨੇ ਤੋਂ ਵੇਟ ਕਰ ਰਹੇ ਆ ਉਹਨਾਂ ਕੋਲ ਕੋਈ ਜਵਾਬ ਨਹੀਂ ਹੈਗਾ ਫਰਸਟ੍ਰੇਸ਼ਨ ਵੀ ਹੁੰਦੀ ਹੈ ਨਾ ਉਹ ਆਪਾਂ ਹਮੇਸ਼ਾ ਅੰਡਰਸਟੈਂਡ ਕਰਦੇ ਹਾਂ ਅਤੇ ਉਹਦੇ 'ਤੇ ਆਪਾਂ ਸਿਰਫ ਸਰਕਾਰ ਕੋਲੋਂ ਹੀ ਮੰਗ ਕਰ ਸਕਦੇ ਹਾਂ ਹਾਂਜੀ ਕਿ ਉਹਨਾਂ ਨੂੰ ਕੋਈ ਕਲੈਰਿਟੀ ਦੇਣ ਹਾਂਜੀ ਕਿਉਂਕਿ ਅਦਰਵਾਈਜ਼ ਡਿਫੀਕਲਟ ਸਿਚੁਏਸ਼ਨ ਹੈ ਜਿਹੜਾ ਆਪਾਂ ਓਵਰਸੀਜ਼ ਆਪਾਂ ਡਿਸਕਸ਼ਨ ਕਰ ਲਈ ਇਹਦੇ ਵਿੱਚ ਤੁਸੀਂ ਦੱਸਤਾ ਜਿਹੜੀਆਂ ਕਾਫੀ ਸਮੱਸਿਆਵਾਂ ਹੈਗੀਆਂ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਇਸ ਵੇਲੇ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਉਹਨਾਂ ਦੀ ਕੀ ਸਥਿਤੀ ਹੈ ਉਹਨਾਂ ਦੇ ਵੀਜ਼ਾਜ਼ ਪ੍ਰੋਸੈਸ ਹੋ ਰਹੇ ਆ ਹਾਂਜੀ ਕਾਫੀ ਵੀਜ਼ਾ ਸਾਡੇ ਕਾਲਜ ਦੇ ਵੀ ਆ ਰਹੇ ਆ ਤੇ ਵੀਜ਼ਾ ਪ੍ਰੋਸੈਸਿੰਗ ਸਲੋ ਹੈ ਹਾਂਜੀ ਕਿਉਂਕਿ ਇਮੀਗ੍ਰੇਸ਼ਨ ਦੀ ਜਿਹੜੀ ਰਿਕੁਆਇਰਮੈਂਟ ਹੁੰਦੀ ਹੈ ਉਹਦੇ 'ਚ ਦੇਖੋ ਕਾਫੀ ਇੱਧਰ ਗੈਪਸ ਹੈਗੇ ਆ ਬਟ ਜਿਹੜੀ ਇੱਕ ਇਮੀਗ੍ਰੇਸ਼ਨ ਦੀ ਰਿਕੁਆਇਰਮੈਂਟ ਹੈ ਉਹਨਾਂ ਨੇ ਸਾਰੇ ਡਾਕੂਮੈਂਟਸ ਮੰਗਣੇ ਆ ਹਾਂਜੀ ਸੋ ਸਲੋ ਪ੍ਰੋਸੈਸ ਹੈ ਵੈਰੀ ਵੈਰੀ ਸਲੋ ਬਟ ਫਿਰ ਵੀ ਵੀਜ਼ਾਸ ਹੋ ਰਹੇ ਆ ਜੇਕਰ ਉਹ ਵਰਕ ਵੀਜ਼ਾ ਤੋਂ ਸਟੂਡੈਂਟ ਵੀਜ਼ਾ ਕਨਵਰਟ ਕਰਦੇ ਆ ਜਾਂ ਵਿਜ਼ਿਟਰ ਤੋਂ ਸਟੂਡੈਂਟ ਵੀਜ਼ਾ ਕਨਵਰਟ ਕਰ ਰਹੇ ਆ ਉਹ ਵੀ ਹੋ ਰਹੇ ਆ ਅਪਰੂਵ ਹਾਂਜੀ ਸੋ ਅੰਤ ਦੇ ਵਿੱਚ ਇੱਕ ਓਵਰਆਲ ਸਾਰੀ ਜਿਹੜੀ ਸਾਡੀ ਇੰਟਰਨੈਸ਼ਨਲ ਸਟੂਡੈਂਟ ਕਮਿਊਨਿਟੀ ਹੈ ਉਹਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਇੰਟਰਨੈਸ਼ਨਲ ਕਮਿਊਨਿਟੀ ਨੂੰ ਇਹ ਹੈ ਕਿ ਸਟੂਡੈਂਟ ਕਮਿਊਨਿਟੀ ਖਾਸ ਤੌਰ ਤੇ ਸਟੂਡੈਂਟ ਕਮਿਊਨਿਟੀ ਜਿਹੜੀ ਹੈ ਹਾਂਜੀ ਕਿ ਇੱਕ ਸਭ ਤੋਂ ਪਹਿਲਾਂ ਤਾਂ ਉਹ ਆਪਣੇ ਆਪ ਨੂੰ ਅਪਡੇਟ ਰੱਖਣ ਇੱਕ ਹੁੰਦਾ ਹੈ ਕਿ ਅਸੀਂ ਫਰਸਟ੍ਰੇਟ ਹੋ ਕੇ ਜਲਦੀ ਨਾਲ ਕੋਈ ਕਮੈਂਟ ਕਰ ਦਿੰਦੇ ਹਾਂ ਜਾਂ ਕੋਈ ਹੋਰ ਡਿਸੀਜਨ ਲੈ ਲੈਂਦੇ ਹਾਂ ਇਸ ਤੋਂ ਪਹਿਲਾਂ ਪੂਰੀ ਇਨਫੋਰਮੇਸ਼ਨ ਆਪਣੇ ਕੋਲ ਹੋਣੀ ਜ਼ਰੂਰੀ ਹੈ ਕਿਉਂਕਿ ਜਿਹੜੀ ਕਰੰਟ ਸਿਚੁਏਸ਼ਨ ਹੈ ਇਹ ਕਿਸੇ ਦੇ ਹੱਥ 'ਚ ਨਹੀਂ ਹੈ ਇੱਕ ਡਿਫੀਕਲਟ ਸਿਚੁਏਸ਼ਨ ਹੈ ਪਰ ਫਿਰ ਵੀ ਪੂਰੀ ਇਨਫੋਰਮੇਸ਼ਨ ਕੋਈ ਉਹਨਾਂ ਨੇ ਸਟੂਡੈਂਟ ਵੀਜ਼ਾ ਜਾਂ ਕੋਰਸ ਹੀ ਡਿਸਾਈਡ ਕਰਨਾ ਆ ਉਹਦੇ ਵਾਸਤੇ ਪ੍ਰੋਪਰਲੀ ਪਹਿਲਾਂ ਇਨਵੈਸਟੀਗੇਟ ਕਰਨ ਕਿ ਮੈਂ ਕਿਹੜਾ ਕੋਰਸ ਕਰਨਾ ਆ ਉਹਦੀਆਂ ਇਮੀਗ੍ਰੇਸ਼ਨ ਨਾਲ ਰਿਲੇਟਿਡ ਪਾਲਿਸੀਜ਼ ਕਿਹੜੀਆਂ ਹੈਗੀਆਂ ਆ ਕਾਲਜ ਕਿਹੜਾ ਆ ਕਾਲਜ ਦੀ ਕੈਟਾਗਰੀ ਕੀ ਹੈ NZQA ਦੀ ਵੈਬਸਾਈਟ 'ਤੇ ਸਾਰੀ ਇਨਫੋਰਮੇਸ਼ਨ ਦਿੱਤੀ ਹੈ ਬਿਲਕੁਲ ਸੋ ਬਿਲਕੁਲ ਏਜੰਟ 'ਤੇ ਡਿਪੈਂਡੈਂਟ ਜਾਂ ਕਿਸੇ ਹੋਰ ਦੀ ਇਨਫੋਰਮੇਸ਼ਨ 'ਤੇ ਡਿਪੈਂਡੈਂਟ ਨਹੀਂ ਰਹਿਣਾ ਚਾਹੀਦਾ ਆਪ ਇਨੀਸ਼ੀਏਟਿਵ ਲੈ ਕੇ ਅਤੇ ਉਹ ਇਨਫੋਰਮੇਸ਼ਨ ਦੇਖਣੀ ਚਾਹੀਦੀ ਹੈ ਸੋ ਬਹੁਤ ਬਹੁਤ ਧੰਨਵਾਦ ਮੈਡਮ ਤੁਸੀਂ ਆਪਣਾ ਸਮਾਂ ਕੱਢਿਆ ਅਤੇ ਸਾਡੇ ਜਿਹੜੇ ਕਈ ਸਵਾਲ ਸੀਗੇ ਜਿਹੜੇ ਖਾਸ ਤੌਰ 'ਤੇ ਇੰਟਰਨੈਸ਼ਨਲ ਵਿਦਿਆਰਥੀਆਂ ਦੇ ਨਾਲ ਜੁੜੇ ਹੋਏ ਸੀ ਉਹ ਤੁਸੀਂ ਸਾਂਝੇ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਸੋ ਇਹ ਹਨ ਮੈਡਮ ਕਮਲਪ੍ਰੀਤ ਕੌਰ ਪੰਨੂ ਜੋ ਐਜੂਕੇਸ਼ਨ ਫੀਲਡ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਸੋ ਅੱਜ ਅਸੀਂ ਇਹਨਾਂ ਦੇ ਨਾਲ ਡਿਸਕਸ ਕੀਤਾ ਹੈ ਖਾਸ ਤੌਰ 'ਤੇ ਇੰਟਰਨੈਸ਼ਨਲ ਸਟੂਡੈਂਟਸ ਦਾ ਦੇ ਜਿਹੜੇ ਇਸ ਵੇਲੇ ਖਾਸ ਤੌਰ 'ਤੇ ਜਿਹੜੇ ਵਿਦੇਸ਼ਾਂ ਦੇ ਵਿੱਚ ਫਸੇ ਹੋਏ ਨੇ ਸੋ ਇਸ ਤੁਹਾਨੂੰ ਇਹ ਇਨਫੋਰਮੇਸ਼ਨ ਕਿਸ ਤਰ੍ਹਾਂ ਦੀ ਲੱਗੀ ਜਾਂ ਤੁਹਾਡੇ ਹੋਰ ਮਨਾਂ ਦੇ ਵਿੱਚ ਕਿਹੜੇ ਕਿਹੜੇ ਸਵਾਲ ਨੇ ਉਹ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੇ ਕਰਦੇ ਰਹਿਣਾ ਤਾਂ ਜੋ ਅਸੀਂ ਅਗਲੇ ਸੈਗਮੈਂਟ ਦੇ ਵਿੱਚ ਉਹਨਾਂ ਸਵਾਲਾਂ ਦੇ ਜਵਾਬ ਜਿਹੜੇ ਆ ਸਵਾਲਾਂ ਦੇ ਜਿਹੜੇ ਜਵਾਬ ਤੁਹਾਡੇ ਤੱਕ ਲੈ ਕੇ ਆ ਸਕੀਏ ਸੋ ਮੈਡਮ ਇਹਨਾਂ ਸ਼ਬਦਾਂ ਨਾਲ ਇੱਕ ਵਾਰ ਫਿਰ ਤੁਹਾਡਾ ਧੰਨਵਾਦ ਕਰਦੇ ਹਾਂ ਸਾਰੀ ਟੀਮ ਦੇ ਵੱਲੋਂ ਸੋ ਸਾਰੇ ਸਰੋਤਿਆਂ ਨੂੰ NZ ਪੰਜਾਬੀ ਨਿਊਜ਼ ਦੀ ਸਾਰੀ ਟੀਮ ਵੱਲੋਂ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ